हेलो स्टूडेंट्स ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ ਹੈ ਸਾਡਾ 8th ਐਕਸਰਸਾਈਜ਼ 8.1 ਜਿਸ ਦਾ ਕੁਸ਼ਨ ਹੈ ਸਾਡੇ ਕੋਲ 11th ਜੋ ਹੈ ਸਾਡੇ ਕੋਲ ਟਰੂ ਫਾਲਸ ਸੋ ਸਾਡੇ ਕੋਲ ਫਰਸਟ ਹੈ tan a ਦਾ ਮੁੱਲ ਹਮੇਸ਼ਾ 1 ਤੋਂ ਘੱਟ ਹੁੰਦਾ ਹੈ ਹੁਣ ਸਭ ਤੋਂ ਪਹਿਲਾਂ ਜਦੋਂ ਵੀ ਟਰੂ ਫਾਲਸ ਹੋ ਗਏ ਕਿਸ ਤਰ੍ਹਾਂ ਹੀ ਬਲੈਂਕਸ ਅਗੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਤਾਂ ਸਾਨੂੰ ਇਹਨਾਂ ਦੀਆਂ ਰੇਸ਼ੀਓਜ਼ ਜਿਹੜੀਆਂ ਹੁੰਦੀਆਂ ਨੇ ਉਹਨਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਮਤਲਬ ਕਿ ਇਹਨਾਂ ਦੇ ਅਨੁਪਾਤ ਕੀ ਹੁੰਦਾ ਹੈ ਠੀਕ ਹੈ ਹੁਣ ਸਾਡੇ ਕੋਲ ਅਸੀਂ tan a ਦੀ ਗੱਲ ਕਰੀਏ ਸੋ ਪਹਿਲਾਂ ਡਿਸਕਸ ਕਰਨ ਲੱਗਿਆ ਅਸੀਂ tan a ਤੋ ਟੈਨ ਦੀ ਜਿਹੜੀ ਰੇਸ਼ਿਓ ਹੁੰਦੀ ਆ ਸਾਡੇ ਕੋਲ ਕੀ ਹੁੰਦੀ ਹੈ ਪੀ ਓਵਰ ਬੀ ਹੁੰਦੀ ਹੈ ਠੀਕ ਹੈ ਹੁਣ ਟੈਨ ਦੇ ਲਈ ਜੇਕਰ ਅਸੀਂ ਇੱਕ ਟ੍ਰਾਇੰਗਲ ਬਣਾਨੇ ਹਾਂ ਤਾਂ ਮੰਨ ਲਓ ਕਿ ਸਾਡੇ ਕੋਲ A A ਐਂਗਲ ਆ ਤਾਂ B ਹੈ ਤੇ C ਹੈ ਤਾਂ A ਦੇ ਓਪੋਜ਼ਿਟ ਸਾਡੇ ਕੋਲ ਹੁੰਦੀ ਆ ਸਾਈਡ P ਠੀਕ ਹੈ ਤੇ A ਸਾਡੇ ਕੋਲ ਲਿਖਿਆ ਕਿ ਇਸ ਦਾ ਮੁੱਲ ਹਮੇਸ਼ਾ 1 ਤੋਂ ਘੱਟ ਹੁੰਦਾ ਹੈ ਹੁਣ ਜਦੋਂ ਵੀ ਸਾਡੇ ਕੋਲ ਰੇਸ਼ਿਓ ਆਂਦੀ ਹੈ P ਓਵਰ B ਹੈ ਅਸੀਂ ਐਗਜ਼ਾਮਪਲ ਲੈਂਦੇ ਹਾਂ ਕਿ ਮੰਨ ਲਓ ਕਿ ਸਾਡੇ ਕੋਲ 12 ਵਟਾ 4 ਹੈ ਠੀਕ ਹੈ 4 1 4 4 3 12 ਤਾਂ ਦੇਖੋ ਸਾਡੇ ਕੋਲ ਉੱਪਰ ਵਾਲੀ ਜਿਹੜੀ ਵੈਲਿਊ ਵੱਡੀ ਰਹਿੰਦੀ ਪਈ ਹੈ ਸੋ tan a ਦਾ ਆਨਸਰ ਉਦੋਂ ਹਮੇਸ਼ਾ ਜ਼ਿਆਦਾ ਹੋਏਗਾ ਜਦੋਂ ਇਸ ਦਾ ਅੰਸ਼ ਜਿਹੜਾ ਹੈ ਉਹ ਹਰ ਦੇ ਨਾਲੋਂ ਵੱਡਾ ਹੋਏਗਾ ਮਤਲਬ ਕਿ ਜਦੋਂ p ਜਿਹੜਾ ਹੈ ਸਾਡੇ ਕੋਲ ਗ੍ਰੇਟਰ ਥੈਨ ਹੋਏਗਾ b ਦੇ ਨਾਲੋਂ ਉਦੋਂ ਸਾਡੇ ਕੋਲ ਹਮੇਸ਼ਾ tan ਦੀ ਜਿਹੜੀ ਵੈਲਿਊ ਹੈ ਉਹ 1 ਤੋਂ ਜ਼ਿਆਦਾ ਹੋਵੇਗੀ ਪਰ ਜਦੋਂ ਸਾਡੇ ਕੋਲ tan ਦੀ ਵੈਲਿਊ ਮੰਨ ਲਓ ਕਿ ਸਾਡੇ ਕੋਲ ਲਿਖਿਆ ਗਿਆ 4 12 ਠੀਕ ਹੈ 4 1 4 4 3 12 ਇਹ ਆ ਗਿਆ ਤੋ ਦੇਖੋ ਨੇ 1 ਵਿੱਚ ਆ ਗਿਆ ਡਿਵਾਈਡ ਕਰਨ ਲੱਗੇ ਤਿੰਨ ਬਾਾਰ ਹੋ ਗਿਆ ਇਹਦਾ ਮਤਲਬ ਕਿ 1 ਜਿਹੜਾ ਡਿਵਾਈਜ਼ਰ ਹੋ ਗਿਆ ਡਿਵੀਡੈਂਡ ਹੋ ਗਿਆ ਤੇ ਤਿੰਨ ਡਿਵਾਈਜ਼ਰ ਹੋ ਗਿਆ ਸਾਡੇ ਕੋ ਸੋ ਅਸੀਂ ਡਿਵਾਈਡ ਕਰਾਂਗੇ ਤੇ ਇੱਥੇ ਜ਼ੀਰੋ ਲੱਗੇਗੀ 0.33 ਦਾ ਨਾ ਦਿਖਾਈਗਾ 9 ਤੇ 1 ਸਾਡੇ ਕੋ ਫਿਰ ਬਚ ਜਾਏਗਾ ਸਹੀ ਠੀਕ ਹੈ ਹੁਣ ਦੇਖੋ ਇਹਦਾ ਆਨਸਰ ਜਿਹੜਾ ਸਾਡੇ ਕੋ ਆਇਆ 0. ਆਇਆ ਇਹਦਾ ਸਾਡੇ ਕੋ 3 ਆਇਆ ਸੋ ਸਾਨੂੰ ਪਤਾ ਹੈ ਜਿਹੜਾ 3 ਹੈ ਉਹ ਵੱਡਾ ਹੈ 0.3 ਤੋਂ ਸੋ ਇਸ ਲਈ tan a ਦਾ ਮੁੱਲ ਹਮੇਸ਼ਾ 1 ਤੋਂ ਜ਼ਿਆਦਾ ਹੋਵੇਗਾ ਜਦੋਂ ਇਹਦਾ p ਜਿਹੜਾ ਹੈ ਉਹ ਵੱਡਾ ਹੋਵੇਗਾ b ਦੇ ਨਾਲੋਂ ਸੋ ਇਸ ਲਈ ਟੈਨ ਦਾ ਮੁੱਲ ਹਮੇਸ਼ਾ 1 ਤੋਂ ਘੱਟ ਹੁੰਦਾ ਹੈ ਸੋ ਗਲਤ ਹੈ ਇਸ ਦਾ ਮੁੱਲ 1 ਦੇ ਨਾਲੋਂ ਵੱਡਾ ਵੀ ਹੋ ਸਕਦਾ ਹੈ ਜਦੋਂ ਸਾਡੇ ਕੋਲ ਕੰਡੀਸ਼ਨ ਲੱਗੀ ਹੈ p ਤੋਂ ਵੱਡਾ ਹੋਵੇ ਸੋ ਇਹ ਸਾਡੇ ਕੋਲ ਕੀ ਆ ਗਿਆ ਫਾਲਸ ਜਾਂ ਜਿਸ ਨੂੰ ਅਸੀਂ ਲਿਖਦੇ ਹਾਂ ਗਲਤ ਫਿਰ ਇਹ ਕੋਣ a ਦੇ ਕਿਸੇ ਮੁੱਲ ਲਈ ਸੈਕੈਂਟ a 12/5 ਹੋਵੇਗਾ ਠੀਕ ਹੈ ਹੁਣ ਅਸੀਂ ਆਪਣੇ ਦੂਸਰੇ ਜਿਹੜੀ ਸਾਡਾ ਟru false ਉਸ ਨੂੰ ਡਿਸਕਸ ਕਰਨਾ ਹੈ ਸੋ ਪਹਿਲੇ ਵਾਲੇ ਦੀ ਤਰ੍ਹਾਂ ਹੀ ਅਸੀਂ ਸੈਕੈਂਟ a ਲਿਖਦੇ ਹਾਂ ਜੋ ਸਾਡੇ ਕੋਲ ਹੈ ਸੈਕੈਂਟ a 12/5 ਹੁਣ ਇਸ ਦੀ ਰੇਸ਼ੋ ਪਤਾ ਹੋਣੀ ਬਹੁਤ ਜ਼ਰੂਰੀ ਹੈ ਸੋ ਇਸ ਦੀ ਰੇਸ਼ੋ ਹੋ ਗਈ ਸਾਡੇ ਕੋਲ h/b ਸੋ ਇਹਦੀ ਰੇਸ਼ੋ ਆਉਂਦੀ ਹੈ ਸਾਡੇ ਕੋਲ h/b ਹੁਣ ਦੇਖੋ ਸੈਕੈਂਟ a ਦਾ ਮੁੱਲ 12/5 ਹੋਏਗਾ ਕਿੱਦਾਂ ਹੋਏਗਾ ਹੁਣ ਦੇਖੋ ਸਾਡੇ ਕੋਲ ਕੀ ਹੈ h b ਤੋਂ so, ਸੋ h ਵੱਡਾ ਹੋ ਗਿਆ ਨਾ ਦੇਖੋ ਸਾਡੇ ਕੋਲ h ਵੱਡਾ ਹੈ ਬੀ ਦੋ ਇਸ ਲਈ ਸਾਡੇ ਕੋਲ ਕੀ ਹੋਏਗਾ ਟਰੂ ਹੋਏਗਾ ਜੇਕਰ ਸਾਡੇ ਕੋਲ 5/12 ਹੁੰਦਾ ਤਾਂ ਇਹ ਗਲਤ ਹੋ ਜਾਂਦਾ ਸਿਰਫ ਤੁਸੀਂ ਰੇਸ਼ਿਓ ਤੇ ਧਿਆਨ ਦੇਣਾ ਹੈ ਜਦੋਂ ਰੇਸ਼ਿਓ ਤੇ ਆਗੇ ਤਾਂ ਜਿਹੜੀ ਵੀ ਚੀਜ਼ ਸਾਡੇ ਕੋਲ ਉੱਪਰ ਆ ਗਈ ਉਹ ਨੀਚੇ ਵਾਲੀ ਸੰਖਿਆ ਤੋਂ ਵੱਡੀ ਹੋਣੀ ਚਾਹੀਦੀ ਹੈ ਠੀਕ ਹੈ ਸਾਡਾ ਅਨਸਰ ਜਿਹੜਾ ਹਾਰ ਤੇ ਨਾਲੋਂ ਵੱਡਾ ਹੋਣਾ ਚਾਹੀਦਾ ਹੈ ਨੋਮੀਨੇਟਰ ਡਿਨੋਮੀਨੇਟਰ ਦੇ ਨਾਲੋਂ ਵੱਡਾ ਹੋਣਾ ਚਾਹੀਦਾ ਹੈ ਜੇਕਰ ਸਾਡੇ ਕੋਲ ਇਸ ਤਰ੍ਹਾਂ ਕੁਐਸਚਨ ਦੇ ਦਿੱਤਾ ਗਿਆ ਤਾਂ ਇਹਦਾ ਮਤਲਬ ਹੈ ਸਾਡੇ ਕੋਲ ਟਰੂ ਹੈ ਸਿਰ ਇਹ ਸਾਡੇ ਕੋਲ ਆ ਗਿਆ ਟਰੂ ਸਹੀ ਹੁਣ ਥੋੜਾ ਜਿਹਾ ਅਸੀਂ ਇੱਕ ਵਾਰੀ ਫਸਟ ਕੁਐਸਚਨ ਨੂੰ ਫਿਰ ਡਿਸਕਸ ਕਰੀਏ ਤਾਂ tan ਦੀਆਂ values ਤੇ ਤੁਸੀਂ ਧਿਆਨ ਦਿਓਗੇ ਤਾਂ ਸਾਡੇ ਕੋਲ 0 ਹੁੰਦਾ ਹੈ 30 ਹੁੰਦਾ ਹੈ 45 आ, 60 ਅਤੇ 90 ਅਸੀਂ ਇਹ ਡਿਸਕਸ ਕੀਤੇ ਹਨ ਸੋ tan 0 90 ਤੇ ਇਨਫਿਨਿਟੀ 0 ਤੇ 0 30 ਤੇ ਸਾਡੇ ਕੋਲ 1/√3 ਹੁੰਦਾ ਹੈ 1/√3 ਅਤੇ 45 ਤੇ 1 ਅਤੇ 60 ਤੇ ਹੁੰਦਾ ਹੈ √3 ਹੁੰਦਾ ਹੈ ਮੰਦਕੋ ਸਰਟੇ ਕੋ 45 ਤੇ 1 ਆਉਂਦਾ ਹੈ ਉਹ ਗੱਲ ਕਰ ਰਹੇ ਆ ਇਸ ਦਾ ਮੁੱਲ ਹਮੇਸ਼ਾ 1 ਤੋਂ ਘੱਟ ਹੁੰਦਾ ਹੈ ਸੋ ਇਹ ਹੈ 1 ਤੋਂ ਘੱਟ ਇਹ ਵਾਲੇ ਮੁੱਲ 1 ਤੋਂ ਘੱਟ ਹਨ ਜੇ ਅਸੀਂ √3 ਦੀ ਗੱਲ ਕਰੀਏ ਤਾਂ ਸਾਡਾ ਕੋਈ ਇਸ ਦਾ ਆਨਸਰ ਹੋ ਗਿਆ 1. 9730 ਸਮਥਿੰਗ ਕੁਛ ਇਸ ਤਰ੍ਹਾਂ ਆਨਸਰ ਜਿਹੜਾ ਉਹ ਆਉਂਦਾ ਹੈ ਇਹ ਦਾ ਮਤਲਬ ਇਹ ਤਾਂ 1 ਤੋਂ ਵੱਧ ਗਿਆ ਇਸ ਲਈ ਟੈਨ ਇਹਦਾ ਮੁੱਲ ਜਿਹੜਾ 1 ਤੋਂ ਹਮੇਸ਼ਾ ਘੱਟ ਨਹੀਂ ਹੁੰਦਾ ਵੱਧ ਵੀ ਹੁੰਦਾ ਹੈ ਸੋ ਤੁਹਾਨੂੰ ਇੱਕ ਤਾਂ ਪਹਿਲਾ ਮੈਥਡ ਦੱਸਿਆ ਹੈ ਠੀਕ ਹੈ ਜਿਸ ਤਰ੍ਹਾਂ ਇਸ ਦੀ ਰੇਸ਼ਿਓ ਦੇ ਵਿੱਚ ਸਾਡੇ ਕੋਲ ਪੀ ਉੱਪਰ ਆਉਂਦਾ ਹੈ ਪੀ ਵੱਡਾ ਹੋਊਗਾ ਤਾਂ ਸਾਡੇ ਕੋਲ ਜਮੋਲ ਇੱਕ ਤੋਂ ਜ਼ਿਆਦਾ ਹੋਏਗਾ ਜੇਕਰ ਪੀ ਛੋਟਾ ਹੋ ਗਿਆ ਤਾਂ ਇੱਕ ਤੋਂ ਮੁੱਲ ਘੱਟ ਹੋਏਗਾ ਸੋ ਦੂਸਰਾ ਮੈਥਡ ਇਹ ਹੈ ਕਿ ਇਸ ਦੀਆਂ ਅਸਲੀਆਂ ਵੈਲਿਊਸ ਤੋਂ ਜਿਹੜਾ ਕਿ ਅਸੀਂ ਵਿਦ ਦਾ ਸਕਦੇ ਹਾਂ ਫਿਰ ਸਾਡੇ ਕੋਲ ਆਉਂਦਾ ਹੈ ਸਾਡਾ ਪਾਰਟ ਜਿਹੜਾ ਹੈ ਥਰਡ ਪਾਰਟ ਸੋ ਥਰਡ 'ਚ ਸਾਡੇ ਕੋਲ ਹੈ ਕੋਟ ਏ ਕੋਣ ਏ ਦੇ ਕੋਸੈਕੈਂਟ ਦਾ ਸੰਖੇਪ ਰੂਪ ਹੈ ਹੁਣ ਕੌਸ ਜਿਹੜਾ ਹੈ ਅਸੀਂ ਸਾਰਿਆਂ ਦੀ ਗੱਲ ਕਰਾਂਗੇ ਪਹਿਲਾਂ ਹੁੰਦਾ ਹੈ ਸਾਡੇ ਕੋ ਸਾਈਨ ਸੋ ਸਾਈਨ ਦੀ ਗੱਲ ਕਰੀਏ ਤਾਂ ਇਸ ਦਾ ਸਾਡੇ ਕੋ ਏ ਸਾਡੇ ਕੋ ਹੁੰਦਾ ਹੈ ਇਸ ਦਾ ਲੈਂਗੁਏਜ ਫਾਰਮ ਇਸ ਦੀ ਜਿਹੜੀ ਸਾਡੇ ਕੋ ਸੰਖੇਪ ਰੂਪ ਹੁੰਦਾ ਹੈ ਮਤਲਬ ਕਿ ਛੋਟਾ ਅਸੀਂ ਜਦੋਂ ਲਿਖਦੇ ਹਾਂ ਸ਼ਾਰਟ ਦੇ ਵਿੱਚ ਤਾਂ ਅਸੀਂ ਐਸ ਆਈ ਐਨ ਸਿੰਨ ਲਿਖਦੇ ਹਾਂ ਗੱਲਾ ਠੀਕ ਹੈ ਕੰਪਲੀਟ ਹੁੰਦਾ ਹੈ ਸਾਡੇ ਕੋ ਸਾਈਨ ਸੋ ਇਸ ਤਰ੍ਹਾਂ ਕੌਸ ਜਿਹੜਾ ਹੁੰਦਾ ਹੈ ਸਾਡੇ ਕੋ ਉਹ ਹੁੰਦਾ ਹੈ ਕੋਸਾਈਨ ਇਸ ਤਰ੍ਹਾਂ ਟੈਨ ਜਿਹੜਾ ਹੁੰਦਾ ਹੈ ਉਹ ਸਾਡੇ ਕੋ ਹੁੰਦਾ ਹੈ ਟੈਨਜੈਂਟ ਸੋ ਇਸ ਤਰ੍ਹਾਂ ਜਿਹੜਾ ਕੋਟ ਹੁੰਦਾ ਹੈ ਉਹ ਸਾਡੇ ਕੋ ਹੁੰਦਾ ਹੈ ਕੋ ਟੈਂਜੈਂਟ ਠੀਕ ਹੈ ਸੋ ਫਿਰ ਸਾਡੇ ਕੋ ਆਉਂਦਾ ਹੈ ਸੈਕਸ ਦਾ ਔਰ ਅਸੀ ਪ੍ਰੋਪਰ ਹੁੰਦਾ ਹੈ ਸੈਕੈਂਟ ਠੀਕ ਹੈ ਫਿਰ ਸਾਡੇ ਕੋ ਹੁੰਦਾ ਹੈ ਇਹ ਵਾਲਾ ਕੋ ਸੈਕੈਂਟ ਸੋ ਇਸ ਤਰ੍ਹਾਂ ਅਸੀਂ ਰੈਸਿਪਰੋਕਲ ਲਿਖਿਆ ਨੇ ਇਹ ਸਾਡੇ ਕੋ 1 ਨੰਬਰ ਇਹ 2 ਨੰਬਰ ਇਸ 3 ਨੰਬਰ ਇਸ ਦੇ ਅਨੁਸਾਰ ਲਿਖ ਲੈਂਦੇ ਆ ਅਸੀਂ ਸੋ 4 ਨੰਬਰ ਸਾਡੇ ਕੋ ਇਹ ਆ ਗਿਆ 5 ਨੰਬਰ ਸਾਡੇ ਕੋ ਇਹ ਆ ਗਿਆ ਤੇ 6 ਨੰਬਰ ਸਾਡੇ ਕੋ ਇਹ ਆ ਗਿਆ ਹੁਣ ਦੇਖੋ ਕੋਸ ਦਾ ਜਿਹੜਾ ਕੋਸ ਕਿਸ ਦਾ ਸੰਖੇਪ ਰੂਪ ਹੋਇਆ ਸਾਡੇ ਕੋ ਕੋਸਾਈਨ ਦਾ ਹੋਇਆ ਠੀਕ ਹੈ ਸੋ ਇਹ ਸਾਡੇ ਕੋ ਕੀ ਆ ਗਿਆ ਕ੍ਰੋਸ ਆ ਗਿਆ ਕੋਟ ਏ ਕੋਟ ਅਤੇ ਏ ਦਾ ਗੁਣਨਫਲ ਹੁੰਦਾ ਹੈ ਮਤਲਬ ਕਿ ਕਹਿਣ ਦਾ ਮਤਲਬ ਇਹ ਹੋ ਗਿਆ ਕਿ ਕੋਟ ਜਿਹੜਾ ਹੈ ਇਸ ਤਰ੍ਹਾਂ ਸਾਡੇ ਕੋ ਹੁੰਦਾ ਹੈ ਕਿ ਏ ਦੇ ਨਾਲ ਗੁਣਾ ਹੁੰਦਾ ਹੈ ਜਦ ਕਿ ਸਾਡੇ ਕੋ ਗਲਤ ਹੈ ਠੀਕ ਹੈ ਕੋਟ ਦੇ ਨਾਲ ਸਾਡੇ ਕੋ ਹਮੇਸ਼ਾ ਐਂਗਲ ਪਿਆ ਹੋਏਗਾ ਉਸ ਤੋਂ ਕੁਝ ਵੀ ਏ ਬੀ ਸੀ ਥੀਟਾ ਕੁਝ ਵੀ ਹੋ ਸਕਦਾ ਹੈ ਸੋ ਇਹ ਜਿਹੜਾ ਏ ਹੁੰਦਾ ਇਸ ਦਾ ਐਂਗਲ ਹੁੰਦਾ ਹੈ ਨਾ ਕਿ ਇਸ ਦੇ ਨਾਲ ਮਲਟੀਪਲਾਈ ਹੋ ਰਿਹਾ ਹੁੰਦਾ ਹੈ ਸੋ ਕੋਟ ਦੀ ਵੈਲਿਊ ਉਦੋਂ ਹੀ ਫਾਈਂਡ ਹੋ ਸਕਦੀ ਹੈ ਜਦੋਂ ਸਾਡੇ ਕੋ ਇਸ ਦਾ ਐਂਗਲ ਕੋਈ ਦਿੱਤਾ ਹੋਵੇ ਮਤਲਬ ਕਿ ਕੋਟ 30 ਦਿੱਤਾ ਹੋਵੇ ਸੋ 30 ਹੋਇਆ ਸਾਡਾ ਏ ਇਸ ਤਰ੍ਹਾਂ ਕੋਟ 45 ਦਿੱਤਾ ਹੋਵੇ ਤਾਂ ਇਸ ਦੀ ਵੈਲਿਊ ਹੋਏਗੀ ਸਾਡੇ ਕੋਲ ਠੀਕ ਹੈ ਸੋ ਇਸ ਲਈ ਮਲਟੀਪਲਾਈ ਨਹੀਂ ਹੁੰਦੇ ਸਾਡੇ ਕੋਲ ਇਹ ਹੋ ਗਿਆ ਕ੍ਰੋਸ ਜਦ ਕਿ ਉਸ ਦਾ ਐਂਗਲ ਹੁੰਦਾ ਹੈ ਨਾਲ ਫਿਰ ਆਂਦਾ ਸਾਡੇ ਕੋਲ ਸਾਡਾ ਫਿਫਥ ਪਾਰਟ ਸੋ ਫਿਫਥ ਪਾਰਟ ਦੀ ਗੱਲ ਕਰੀਏ ਕਿਸੇ ਵੀ ਕੋਣ θ ਲਈ sin θ 4/3 ਹੋਵੇਗਾ ਹੁਣ sin ਦੀ ਗੱਲ ਆਜੋ sin θ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਰੇਸ਼ਿਓ ਕੀ ਆਂਦੀ ਹੈ ਪੀ ਓਵਰ ਐਚ ਹੁਣ ਸਾਡੇ ਕੋਲ ਇਹ ਮੁੱਲ ਕਦੋਂ ਸਹੀ ਹੋਏਗਾ ਜਦੋਂ ਸਾਡੇ ਕੋਲ ਹੁਣ ਇਸ ਦੀ ਗੱਲ ਕੀਤੀ ਜਾਵੇ ਸਾਡੇ ਕੋਲ ਪੀ ਜਾਂਦਾ ਹੈ ਇਕਾਂ ਦਾ ਸਾਡੇ ਕੋਲ ਐਚ ਹੁਣ ਜੇਕਰ ਅਸੀਂ ਟ੍ਰਾਇੰਗਲ ਬਣਾਉਨੇ ਹਾਂ ਤਾਂ ਸਾਡੇ ਕੋਲ ਇਹਦੇ ਵਿੱਚ ਇੱਕ ਪੀ ਹੁੰਦਾ ਹੈ ਸਾਡਾ ਠੀਕ ਹੈ ਇੱਕ ਸਾਡੇ ਕੋਲ ਬੀ ਹੁੰਦਾ ਇੱਕ ਸਾਡੇ ਕੋਲ ਐਚ ਹੁੰਦਾ ਹੈ ਹੁਣ ਐਚ ਦੀ ਵੈਲਿਊ ਜਿਹੜੀ ਹੁੰਦੀ ਹੈ ਉਹ ਸਾਨੂੰ ਪਤਾ ਹੈ ਕਿ ਐਚ ਜਿਹੜਾ ਹੁੰਦਾ ਹੈ ਉਹ ਗ੍ਰੇਟਰ ਦੈਨ ਪੀ ਤੋਂ ਵੀ ਹੁੰਦਾ ਹੈ ਅਤੇ ਐਚ ਜਿਹੜਾ ਹੁੰਦਾ ਹੈ ਗ੍ਰੇਟਰ ਦੈਨ ਬੀ ਤੋਂ ਵੀ ਹੁੰਦਾ ਹੈ ਇਸ ਲਈ ਇਹ ਤਾਂ ਹੋ ਗਿਆ ਸਾਡੇ ਕੋਲ ਗਲਤ ਕ੍ਰੋਸ ਹੋ ਗਿਆ ਠੀਕ ਹੈ ਮਤਲਬ ਕਿ ਪੀ ਤਾਂ ਉੱਪਰ ਦੇ ਦਿੱਤਾ ਸਾਡੇ ਕੋਲ ਇਹਦਾ ਮਤਲਬ ਪੀ ਦੀ ਵੈਲਿਊ ਇੱਥੇ ਵੱਡੀ ਬਣ ਰਹੀ ਹੈ ਐਚ ਦੇ ਨਾਲੋਂ ਇਦਕੇ ਪੀ ਜਿਹੜਾ ਗੱਡਾ ਨਹੀਂ ਹੋ ਸਕਦਾ ਇਸ ਦਿਨ ਨਾਲੋਂ ਠੀਕ ਹੈ ਇਸ ਲਈ ਇਹ ਵੀ ਸਾਡੇ ਕੋਲ ਹੋ ਗਿਆ ਕ੍ਰੋਸ ਹੋ ਜਾਂਦਾ ਹੈ ਸੋ ਐਸੀ ਸਾਡਾ ਕੁਐਸਚਨ ਨੰਬਰ 11th ਸੋ ਕੁਐਸਚਨ ਤਾਂ ਬੇਸ਼ੱਕ ਟਰੂ ਫਾਲਸ ਸੀ ਕੁਝ ਬੱਚੇ ਕੀ ਕਰਦੇ ਇਸ ਦੀ ਸਿੱਧੀ ਸਟੇਟਮੈਂਟ ਪੜ੍ਹ ਕੇ ਟਰੂ ਫਾਲਸ ਟਰੂ ਫਾਲਸ ਟਰੂ ਫਾਲਸ ਠੀਕ ਗਲਤ ਠੀਕ ਗਲਤ ਯਾਦ ਕਰ ਲੈਂਦੇ ਨੇ ਬਟ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਹੈ ਕੁਐਸਚਨ ਨੂੰ ਪੂਰਾ ਉਸ ਦੀ origianality 'ਚ ਜਾਣਾ ਹੈ ਉਸ ਨੂੰ ਸਮਝਣਾ ਹੈ ਤੇ ਤਾਂ ਜੋ ਤੁਹਾਡਾ ਇਸ ਤਰ੍ਹਾਂ ਦਾ ਕੋਈ ਵੀ ਕੁਐਸਚਨ ਆ ਜੇ ਤੁਹਾਡਾ ਉਹ ਗਲਤ ਨਾ ਜਾਵੇ ਕਲੀਅਰ ਸੋ ਥੈਂਕ ਯੂ ਮਿਲਦੇ ਆ ਨੈਕਸਟ ਕਲਾਸ ਵਿੱਚ ਨੈਕਸਟ ਕੁਐਸਚਨ ਦੇ ਨਾਲ